ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਅਤੇ ਹਾਜ਼ਰਾਂ ਜੀ, ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈ ਕੇ ਕਿਵੇਂ ਦਾ ਰਹੇਗਾ ਮੌਸਮ 24 ਅਤੇ 25 ਮਾਰਚ ਨੂੰ। ਅਤੇ ਦੋਸਤੋ, ਸਭ ਤੋਂ ਪਹਿਲਾਂ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟੁੱਟਵੀਂ ਬੱਦਲਵਾਈ ਬਣੀ ਰਹੇਗੀ 24 ਅਤੇ 25 ਮਾਰਚ ਨੂੰ। ਅਤੇ 24 ਅਤੇ 25 ਦੀ ਰਾਤ ਜਿਹੜੀ ਹੈ ਉਸ ਸਮੇਂ ਦੌਰਾਨ ਬਰਨਾਲਾ, ਫਾਜ਼ਿਲਕਾ ਅਤੇ ਇਸ ਤੋਂ ਇਲਾਵਾ ਲੁਧਿਆਣਾ, ਪਟਿਆਲਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਸੰਗਰੂਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਰੂਪਨਗਰ, ਮੋਹਾਲੀ ਅਤੇ ਨਵਾਂਸ਼ਹਿਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਹਲਕੀ ਬਾਰਿਸ਼ ਦੀ ਜਿਹੜੀ ਹੈ ਸੰਭਾਵਨਾ। ਅਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਬਹੁਤ ਹੀ ਘੱਟ ਜਿਹੜੀ ਹੈ ਸੰਭਾਵਨਾ ਹੈ ਬਾਰਿਸ਼ ਦੀ। ਅਤੇ ਟੁੱਟਵੀਂ ਜਿਹੜੀ ਬੱਦਲਵਾਈ ਹੈ ਉਹ 25 ਮਾਰਚ ਸ਼ਾਮ ਤੱਕ ਬਣੀ ਰਹੇਗੀ। ਅਤੇ ਜਿਹੜੀਆਂ ਹਵਾਵਾਂ ਨੇ ਉਹ ਕਾਫੀ ਜ਼ਿਆਦਾ ਤੇਜ਼ ਚੱਲਣ ਦੀ ਉਮੀਦ ਹੈ, ਖਾਸ ਕਰਕੇ 24 ਮਾਰਚ ਅਤੇ 24-25 ਦੀ ਦਰਮਿਆਨੀ ਰਾਤ ਨੂੰ। ਅਤੇ ਇਸ ਤੋਂ ਬਾਅਦ 'ਚ ਗੱਲ ਜੰਮੂ ਦੀ, ਜੰਮੂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ। ਚੰਡੀਗੜ੍ਹ ਵਿੱਚ ਜਿਹੜੀ ਹਲਕੀ ਬਾਰਿਸ਼ ਦੀ ਉਮੀਦ ਹੈ। ਹਰਿਆਣਾ ਵਿੱਚ ਦੇ ਵਿੱਚ ਖਾਸ ਕਰਕੇ ਜਿਵੇਂ ਅੰਬਾਲਾ, ਕਰਨਾਲ ਅਤੇ ਸੋਨੀਪਤ, ਪਾਣੀਪਤ, ਇਹਨਾਂ ਏਰੀਆ ਦੇ ਵਿੱਚ ਟੁੱਟਵੀਂ ਬੱਦਲਵਾਈ ਅਤੇ ਕਿਤੇ ਗਰਜ ਚਮਕੇ ਨਾਲ ਛਿੱਟੇ ਪੈ ਸਕਦੇ ਨੇ। ਯੂਪੀ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ। ਦਿੱਲੀ ਦੇ ਵਿੱਚ ਟੁੱਟਵੀਂ ਬੱਦਲਵਾਈ ਬਣ ਸਕਦੀ ਹੈ। ਅਤੇ ਰਾਜਸਥਾਨ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ। ਹਿਮਾਚਲ ਪ੍ਰਦੇਸ਼ ਵਿੱਚ ਜਿਹੜੀ ਹੈ ਬਾਰਿਸ਼ ਦੀ, ਹਲਕੀ ਬਾਰਿਸ਼ ਦੀ ਉਮੀਦ ਹੈ ਕੁਛ ਭਾਗਾਂ ਦੇ ਵਿੱਚ। ਅਤੇ ਜਵਾ ਉਹ ਜਿਹੜੀ ਖਾਸ ਕਰਕੇ ਹਰਿਆਣਾ ਅਤੇ ਦਿੱਲੀ ਦੇ ਵਿੱਚ ਵੀ ਕਾਫੀ ਤੇਜ਼ ਹਵਾ ਰਹਿਣ ਦਾ, ਤੇਜ਼ ਚੱਲਣ ਦਾ ਅਨੁਮਾਨ ਹੈ। ਅਤੇ ਦੋਸਤੋ, ਇਹ ਸੀ ਮੌਸਮ ਬਾਰੇ ਥੋੜ੍ਹੀ ਜਿਹੀ ਜਾਣਕਾਰੀ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।